ਸੰਤ ਬਾਬਾ ਗੁਰਦਿਆਲ ਸਿੰਘ ਨਾਮਦਾਨ ਨੇ ਸੇਵਾ ਦਾ ਬੂਟਾ ਲਾਇਆ। ਮਹਾਂਪੁਰਸ਼ ਕਸ਼ਮੀਰ ਸਿੰਘ ਨੇ ਨਿਮਰਤਾ ਦਾ ਪਾਣੀ ਪਾਇਆ। ਆਓ ਫਲ ਫੁੱਲ ਕੇ ਹੋ ਜਵਾਨ ਗਿਆ ਕਿੱਡੀ ਸੰਘਣੀ ਇਹਦੀ ਸ਼ਾਨ। ਰਹਿੰਦੀ ਦੁਨੀਆ ਤੱਕ ਰੋ ਚੱਲਦਾ ਵੇ ਭੂਰੀ ਵਾਲਿਆਂ ਦਾ ਨਾਂ। ਔਰ ਰਹਿੰਦੀ ਦੁਨੀਆ ਤੱਕ ਰੋ ਚੱਲਦਾ ਵੀਰੋ ਭੂਰੀ ਵਾਲਿਆਂ ਦਾ ਨਾਂ। ਔਰ ਹਰਤਾਂ 'ਤੇ ਇਹਨਾਂ ਮਹਾਂਪੁਰਸ਼ਾਂ ਨੇ ਕਿੰਨਾ ਲੰਗਰ ਲਾਇਆ। ਔਰ ਲੰਗਰ ਲਾਇਆ ਸੰਗਤ ਨਹੀਂ ਹੋ ਜਾਂਦਾ ਦੁਣ ਸਵਾਇਆ। ਔਰ ਕੀ ਕਰਾਂ ਮੈਂ ਸਿਫਤ ਇਹਨਾਂ ਦੇ ਸੇਵਾਦਾਰਾਂ ਦੀ। ਕਰ ਨਹੀਂ ਸਕਦਾ ਰੀਸ ਕੋਈ ਲੋਕੋ ਭੂਰੀ ਵਾਲਿਆਂ ਦੀ। ਔ ਕਰ ਨਹੀਂ ਸਕਦਾ ਰੀਸ ਕੋਈ ਲੋਕੋ ਭੂਰੀ ਵਾਲਿਆਂ ਦੀ। ਸੇਵਾਦਾਰ ਇਹਨਾਂ ਦੇ ਕਿੱਡੀ ਸੋਹਣੀ ਸੇਵਾ ਕਰਦੇ। ਉਹ ਆਈ ਹੋਈ ਸੰਗਤ ਦੇ ਪੈਰਾਂ ਥੱਲੇ ਨੇ ਹੱਥ ਧਰਦੇ। ਹਰ ਇੱਕ ਸੰਗਤ ਨੂੰ ਇਹ ਕਹਿੰਦੇ ਜੀ ਆਇਆਂ ਨੂੰ ਜੀ। ਕਰ ਨਹੀਂ ਸਕਦਾ ਰੀਸ ਕੋਈ ਸੰਗਤ ਭੂਰੀ ਵਾਲਿਆਂ ਦੀ। ਉਹ ਕਰ ਨਹੀਂ ਸਕਦਾ ਰੀਸ ਕੋਈ ਸੰਗਤ ਭੂਰੀ ਵਾਲਿਆਂ ਦੀ। ਉਹ ਮਹਾਂਪੁਰਸ਼ਾਂ ਨੇ ਵੇਖੋ ਕਿਵੇਂ ਵੀਰੋ ਲਾਏ ਅਸਾਰੀ। ਉਹ ਤਨ ਮਨ ਧਨ ਦੇ ਨਾਲ ਨਹੀਂ ਸੰਗਤ ਸੇਵਾ ਕਰਿਓ ਸਾਰੀ। ਉਹ ਤਨ ਮਨ ਧਨ ਦੇ ਨਾਲ ਨਹੀਂ ਸੰਗਤ ਸੇਵਾ ਕਰ ਜੋ ਸਾਰੀ। ਉਹ ਆਪੇ ਹੀ ਇਹ ਰੱਖ ਲੈਂਦੇ ਜੇ ਲਾਜ ਸਾਰਿਆਂ ਦੀ। ਕਰ ਨਹੀਂ ਸਕਦਾ ਰੀਸ ਕੋਈ ਲੋਕੋ ਭੂਰੀ ਵਾਲਿਆਂ ਦੀ। ਕਰ ਨਹੀਂ ਸਕਦਾ ਰੀਸ ਕੋਈ ਸੰਗਤ ਭੂਰੀ ਵਾਲਿਆਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਸੰਤ ਬਾਬਾ ਗੁਰਦਿਆਲ ਸਿੰਘ ਨਾਮਦਾਨ ਨੇ ਸੇਵਾ ਦਾ ਬੂਟਾ ਲਾਇਆ। ਮਹਾਂਪੁਰਸ਼ ਕਸ਼ਮੀਰ ਸਿੰਘ ਨੇ ਨਿਮਰਤਾ ਦਾ ਪਾਣੀ ਪਾਇਆ। ਆਓ ਫਲ ਫੁੱਲ ਕੇ ਹੋ ਜਵਾਨ ਗਿਆ ਕਿੱਡੀ ਸੰਘਣੀ ਇਹਦੀ ਸ਼ਾਨ। ਰਹਿੰਦੀ ਦੁਨੀਆ ਤੱਕ ਰੋ ਚੱਲਦਾ ਵੇ ਭੂਰੀ ਵਾਲਿਆਂ ਦਾ ਨਾਂ। ਔਰ ਰਹਿੰਦੀ ਦੁਨੀਆ ਤੱਕ ਰੋ ਚੱਲਦਾ ਵੀਰੋ ਭੂਰੀ ਵਾਲਿਆਂ ਦਾ ਨਾਂ। ਔਰ ਹਰਤਾਂ 'ਤੇ ਇਹਨਾਂ ਮਹਾਂਪੁਰਸ਼ਾਂ ਨੇ ਕਿੰਨਾ ਲੰਗਰ ਲਾਇਆ। ਔਰ ਲੰਗਰ ਲਾਇਆ ਸੰਗਤ ਨਹੀਂ ਹੋ ਜਾਂਦਾ ਦੁਣ ਸਵਾਇਆ। ਔਰ ਕੀ ਕਰਾਂ ਮੈਂ ਸਿਫਤ ਇਹਨਾਂ ਦੇ ਸੇਵਾਦਾਰਾਂ ਦੀ। ਕਰ ਨਹੀਂ ਸਕਦਾ ਰੀਸ ਕੋਈ ਲੋਕੋ ਭੂਰੀ ਵਾਲਿਆਂ ਦੀ। ਉਹ ਕਰ ਨਹੀਂ ਸਕਦਾ ਰੀਸ ਕੋਈ ਲੋਕੋ ਭੂਰੀ ਵਾਲਿਆਂ ਦੀ। ਸੇਵਾਦਾਰ ਇਹਨਾਂ ਦੇ ਕਿੱਡੀ ਸੋਹਣੀ ਸੇਵਾ ਕਰਦੇ। ਉਹ ਆਈ ਹੋਈ ਸੰਗਤ ਦੇ
ਪੈਰਾਂ ਥੱਲੇ ਨੇ ਹੱਥ ਧਰਦੇ ਹਰ ਇੱਕ ਸੰਗਤ ਨੂੰ ਇਹ ਕਹਿੰਦੇ ਜੀ ਆਇਆਂ ਨੂੰ ਜੀ। ਕਰ ਨਹੀਂ ਸਕਦਾ ਰੀਸ ਕੋਈ ਸੰਗਤ ਭੂਰੀ ਵਾਲਿਆਂ ਦੀ, ਉਹ ਕਰ ਨਹੀਂ ਸਕਦਾ ਰੀਸ ਕੋਈ ਸੰਗਤ ਭੂਰੀ ਵਾਲਿਆਂ ਦੀ। ਉਹ ਮਹਾਂਪੁਰਸ਼ਾਂ ਨੇ ਵੇਖੋ ਕਿਵੇਂ ਵੀਰੋ ਲਾਏ ਅਸਾਰੀ, ਉਹ ਤਨ ਮਨ ਧਨ ਦੇ ਨਾਲ ਨਹੀਂ ਸੰਗਤ ਸੇਵਾ ਕਰਿਓ ਸਾਰੀ, ਉਹ ਤਨ ਮਨ ਧਨ ਦੇ ਨਾਲ ਨਹੀਂ ਸੰਗਤ ਸੇਵਾ ਕਰ ਜੋ ਸਾਰੀ। ਉਹ ਆਪੇ ਹੀ ਇਹ ਰੱਖ ਲੈਂਦੇ ਜੇ ਲਾਜ ਸਾਰਿਆਂ ਦੀ। ਕਰ ਨਹੀਂ ਸਕਦਾ ਰੀਸ ਕੋਈ ਲੋਕੋ ਭੂਰੀ ਵਾਲਿਆਂ ਦੀ, ਕਰ ਨਹੀਂ ਸਕਦਾ ਰੀਸ ਕੋਈ ਸੰਗਤ ਭੂਰੀ ਵਾਲਿਆਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ, ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ 'ਤੇ ਕਲਿੱਕ ਕਰੋ।